आओ सब तो पहला फतेह बुलाइए जी। वाहिगुरु जी का खालसा, वाहिगुरु जी की फतेह। मैं एकजोत कौर, मेरी उम्र 13 साल है, मैं जिला लुधियाना तो हाँ। मैं आप जी दे अगे अपने साखी गुरु नानक देव जी अते सज्जन ठग बारे पेश कर रही हाँ जी। एक सफ़र दौरान गुरु जी ते भाई मरदाना तुलंबा शहर पहुँचे। रस्ते विच उन्होंने एक बहुत वड्डा सोहना घर देखिया। शेख ने यह डेरा उस रस्ते तो लंघन वाले राहियां दे आराम लई बनवाया होया सी। उस डेरे विच हर एक नूं रहण लई थां ते खाण लई भोजन मिलदा सी। राही भावें हिंदू होवे जां मुसलमान, कोई वितकरा नहीं सी। शेख ने उस डेरे विच एक पासे मंदिर ते दूजे पासे मुसलमानां लई मस्जिद बनवाई हुई सी। शेख दिन विच साधां वाले कपड़े पा के माला फेरदा रहिंदा सी ते आउण वाले राहियां दी देखभाल करदा सी। इस सेवा नूं देख के उस नूं हर एक मिलण वाला सज्जण कहिंदा सी। सज्जण बहुत अमीर सी। ਉਹ ਰਾਤ ਨੂੰ ਗੁਜ਼ਰਨ ਵਾਲੇ ਅਮੀਰ ਰਾਹੀਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਖੂਹ ਵਿੱਚ ਸੁੱਟ ਦਿੰਦਾ ਅਤੇ ਉਹਨਾਂ ਨੂੰ ਲੁੱਟ ਲੈਂਦਾ ਸੀ। ਗੁਰੂ ਜੀ ਨੂੰ ਦੇਖ ਕੇ ਉਸਨੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਬਹੁਤ ਅਮੀਰ ਹਨ। ਉਸਨੇ ਗੁਰੂ ਜੀ ਅਤੇ ਭਾਈ ਮਰਦਾਨੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਤਾਂ ਮਨਾਂ ਦੀਆਂ ਜਾਣਨ ਵਾਲੇ ਸਨ। ਸ਼ਾਮ ਦਾ ਖਾਣਾ ਖਾਣ ਪਿੱਛੋਂ ਸੱਜਣ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਚਲੋ ਸੰਤ ਜੀ ਅੰਦਰ ਚੱਲ ਕੇ ਆਰਾਮ ਨਾਲ ਸੌਂ ਜਾਵੋ, ਰਾਤ ਕਾਫੀ ਹੋ ਗਈ ਹੈ। ਗੁਰੂ ਜੀ ਨੇ ਕਿਹਾ, ਭਾਈ ਸੱਜਣਾ, ਅਸੀਂ ਇੱਕ ਸ਼ਬਦ ਉਸ ਮਾਲਕ ਦੀ ਉਸਤਤ ਵਿੱਚ ਪੜ੍ਹ ਕੇ ਸੋਵਾਂਗੇ। ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਅਤੇ ਗੁਰੂ ਜੀ ਨੇ ਇਹ ਤੁਕਾਂ ਦਾ ਸ਼ਬਦ ਦਾ ਉਚਾਰਨ ਕੀਤਾ। ਉੱਜਲ ਕਿਹਾ ਚਿਲਕਣਾ ਕੋਟਿਮ ਕਾਲੜੀ ਮਸ, ਧੋਤਿਆ ਝੂਠ ਨਾ ਉਤਰੇ ਜੇ ਸੋ ਧੋਵਾ ਤਿਸ। ਸੱਜਣ ਦੇ ਕੰਨੀ ਜਦੋਂ ਗੁਰੂ ਜੀ ਦੇ ਸ਼ਬਦ ਦੀ ਆਵਾਜ਼ ਪਈ ਤਾਂ ਉਸਨੂੰ ਲੱਗਿਆ ਕਿ ਜਿਵੇਂ ਗੁਰੂ ਜੀ ਨੂੰ ਉਸਦੀ ਸਾਰੀ ਕਾਲੀ ਕਰਤੂਤ ਦਾ ਪਤਾ ਲੱਗ ਗਿਆ ਹੋਵੇ। ਇਸ ਲਈ ਉਹ ਕਹਿ ਰਹੇ ਸਨ, ਕਾਂਸੀ ਦਾ ਬਰਤਨ ਬਾਹਰੋਂ ਚਮਕਦਾ ਹੈ ਪਰ ਜਦੋਂ ਉਸਨੂੰ ਹੱਥ ਲਗਾਉਂਦੇ ਹਾਂ ਤਾਂ ਕਾਲੇ ਹੋ ਜਾਂਦੇ ਹਨ। ਉਸ ਕਾਂਸੀ ਨੂੰ ਧੋਣ ਪਿੱਛੋਂ ਵੀ ਉਸਦੀ ਕਾਲਖ ਨਹੀਂ ਜਾਂਦੀ। ਖਾਲੀ ਕਰਨ ਨੂੰ ਬਾਹਰੋਂ ਜਿੰਨਾ ਮਰਜ਼ੀ ਸਜ਼ਾ ਲਵੋ, ਜਦੋਂ ਉਹ ਘਰ ਢਹਿ ਢੇਰੀ ਹੋਣਗੇ ਤਾਂ ਅੰਦਰੋਂ ਖਾਲੀ ਹੋਣਗੇ। ਇਸ ਤਰ੍ਹਾਂ ਦੇ ਘਰ ਅਤੇ ਗੁਣਾਂ ਤੋਂ ਖਾਲੀ ਸਰੀਰ ਕਿਸੇ ਕੰਮ ਦੇ ਨਹੀਂ। ਮਨੁੱਖ ਲਈ ਸਿਆਣਪ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜੇ ਉਹ ਬੁਰੇ ਕੰਮਾਂ ਤੋਂ ਤੌਬਾ ਨਹੀਂ ਕਰਦਾ। ਨੇਕ ਬਣਨ ਲਈ ਉਸ ਮਾਲਕ ਦੇ ਆਸਰੇ ਦੀ ਲੋੜ ਹੈ। ਸ਼ਬਦ ਦਾ ਭੋਗ ਪੈਣ ਪਿੱਛੋਂ ਸੱਜਣ ਗੁਰੂ ਜੀ ਦੇ ਚਰਨਾਂ ਉੱਪਰ ਢਹਿ ਪਿਆ। ਗੁਰੂ ਜੀ ਦੇ ਕਹਿਣ ਉੱਪਰ ਉਸਨੇ ਸਾਰਾ ਧਨ ਗਰੀਬਾਂ ਨੂੰ ਵੰਡ ਦਿੱਤਾ, ਹੱਕ ਦੀ ਕਮਾਈ ਕਰਨ ਲੱਗਾ ਅਤੇ ਸੱਚਾ ਸੱਜਣ ਬਣ ਗਿਆ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ, ਚੰਗੇ ਹੋਣਾ ਚਾਹੀਦਾ ਹੈ ਅਤੇ ਨੇਕ ਕਰਮ ਕਰਨੇ ਚਾਹੀਦੇ ਹਨ। ਨੇਕ ਦੀ ਕਮਾਈ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਲੈਂਦੇ ਆ, ਸਭ ਦਾ ਭਲਾ ਕਰਨਾ ਚਾਹੀਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।